ਖਾ ਲਈ ਲੰਗਰ ਛੱਕ ਕੇ ਤਾਂ ਆਇਆ। ਨਵੀਂ ਰੇੜੀ ਮਿਲੀ ਆਪਾਂ ਨੂੰ ਫੇਸ 3 ਚ ਖੜੀ, ਕਿੱਡੀ ਸੋਹਣੀ ਬਣਾਈ ਆ ਬਾਈ ਉਹਨਾਂ ਨੇ। ਤਿੰਨੋਂ ਜਾਣੇ ਘਰੇ ਆ ਜਨਾਬ ਜੀ, ਤਾਂ ਉੱਥੇ ਗਏ ਹੋਏ ਆ ਫੰਕਸ਼ਨ ਤੇ, ਉੱਥੇ ਬਣਾਉਂਦੇ ਹੋ ਸ਼ਿਸ਼ਕਲ ਸਰ। ਮੈਂ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ। ਸੱਚ ਸਾਡੇ ਘਰ ਵਲੌਗ ਦੇ ਨਾਲ ਕਿਵੇਂ ਤੁਸੀਂ ਸਾਰੇ ਗਏ? ਟਾਈਮ ਹੋ ਗਿਆ ਪੌਣੇ ਨੌ, ਆਪਾਂ ਚੱਲੇ ਆ ਘੁੰਮਣ। ਕਿਤੇ ਚੱਲੇ ਆ ਸੀ? ਸਾਹਿਬ ਵੀ ਰੈਡੀ ਹੋ ਗਏ, ਪਾਪਾ ਵੀ ਰੈਡੀ ਹੋ ਗਏ, ਮੰਮਾ ਵੀ ਰੈਡੀ ਹੋ ਗਏ। ਆ ਦੇਖੋ ਮੰਮਾ ਨੇ ਵੀ ਕੀ ਪਾਇਆ। ਮੰਮੀ ਮੰਮਾ ਨੇ ਪਤਾ ਨਹੀਂ ਕੀ ਪਾਇਆ, ਮੈਂ ਤਾਂ ਸੂਟ ਪਾਇਆ, ਮੈਂ ਗਈ ਸੂਟ ਪਾਇਆ ਨਵਾਂ। ਮੰਮਾ ਨੇ ਪਲਾਜ਼ੋ ਸੂਟ, ਮੈਂ ਪਾਇਆ ਸਲਵਾਰ ਸੂਟ, ਜੀਨਸ ਓਨਲੀ ਜੀਨ। ਚਲੋ ਚੱਲੇ ਗਾਇਸ, ਮੈਨੂੰ ਤਾਂ ਚੁੰਨੀ ਵੀ ਮਿਲ ਗਈ। ਅੱਛਾ ਜੀ, ਮੰਮੀ ਦੀ ਗੋਦੀ। ਗਾਈਜ਼ ਮੈਂ ਗਲਤੀ ਕਰ ਲਈ, 7 ਸੀਟਰ ਗੱਡੀ ਲੈ ਕੇ, ਇਹਨੇ ਤਾਂ ਮੇਰੀ ਗੋਦੀ ਚ ਬਹਿ ਕੇ ਜਾਣਾ ਹੁੰਦਾ। ਕਿਉਂ 7 ਸੀਟਰ ਗੱਡੀ ਲੈ ਕੇ? ਕਿਉਂ ਕੀ ਕਹਿੰਦੇ ਸਭ ਪਾਪਾ? ਪਾਪਾ ਕਹਿੰਦੇ ਮੋਟਰਸਾਈਕਲ ਤੇ ਚੱਲ ਪਿਆ ਕਰੋ, ਜੇ ਗੋਦੀਆਂ ਚ ਬਹਿ ਕੇ ਜਾਣਾ ਹੁੰਦਾ ਤਾਂ। ਜਨਾਬ ਜੀ ਨੇ ਹੁਣ ਆਹ ਸ਼ਰਟ ਪਾਈ ਆ, ਰੈਡੀ ਸ਼ੈਡੀ ਹੋ ਗਿਆ, ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਉੱਥੇ ਡੇਰੇ, ਤੇ ਫਿਰ ਜਨਾਬ ਜੀ ਨੇ ਆ ਕੇ ਆਹ ਸ਼ਰਟ ਪਾਉਣੀ ਆ ਦੁਬਾਰਾ ਤੋਂ ਚੇਂਜ ਕਰਕੇ। ਫਿਰ ਮੁੰਡੇ ਨੇ ਈਵੈਂਟ ਤੇ ਜਾਣਾ, ਫੰਕਸ਼ਨ ਤੇ ਜਾਣਾ, ਇੱਕ ਦਿਨ ਦੇ ਵਿੱਚ ਦੋ ਦੋ ਕੰਮ ਕਰਨੇ ਆ, ਇਸ ਕਰਕੇ ਆਪਾਂ ਜਲਦੀ ਜਲਦੀ ਜਾਈਏ ਤੇ ਜਲਦੀ ਜਲਦੀ ਮੁੜ ਆਈਏ। ਚਲੋ ਲੋ ਜੀ ਚੱਲ ਪਏ, ਕਹਿੰਦੇ ਆਪਾਂ ਚੱਲ ਪਏ। ਇੱਧਰ ਕਿੱਧਰ ਜਨਾਬ ਜੀ? ਆਪਣਾ ਰੂਟ ਤਾਂ ਉੱਧਰ ਲਾ, ਆਪਾਂ ਕਿੱਧਰ ਦੀ ਜਾਂਦੇ? ਅੱਛਾ ਠੀਕ ਹੈ ਠੀਕ ਹੈ, ਮੈਂ ਰਾਹ ਭੁੱਲ ਗਈ ਸੀ ਗਾਈਜ਼, ਮੈਂ ਰਾਹ ਭੁੱਲ ਗਈ ਸੀ, ਮੈਂ ਕਿਹਾ ਗਲਤ ਰਾਹ ਆ ਗਏ, ਘਰ ਤੋਂ ਹੀ ਗਲਤ ਰਾਹ ਭੁੱਲ ਗਈ। ਇੱਦਾਂ ਹੀ ਆ ਫਿਰ। ਸਾਬੂ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਇੱਕ ਤਾਂ ਤੇਰੇ ਪਿਓ ਨੂੰ ਬਾਹਰ, ਮੇਰੇ ਪਿਓ ਨੂੰ ਨਹੀਂ ਤੁਹਾਡੇ ਪਿਓ ਨੂੰ, ਘਰੋਂ ਬਾਹਰ ਨਿਕਲਦਾ ਜਾਂਦਾ ਤੇ 20 ਜਾਣੇ ਟੱਕਰਦੇ ਜਾਂਦੇ ਆ, ਇੱਧਰੋਂ ਵੀ ਹੱਥ ਚੱਕਦੇ ਉੱਧਰੋਂ ਵੀ ਹੱਥ ਚੱਕਦੇ ਬੰਦਾ। ਇੰਨਾ ਵੀ ਨਹੀਂ ਬੰਦੇ ਦੀ ਜਾਣ ਪਛਾਣ ਹੋਣੀ ਚਾਹੀਦੀ ਮੇਰੇ ਮੁਤਾਬਕ। ਹੋਰ ਕੀ, 20 ਜਾਣੇ ਬੁਲਾਉਂਦੇ ਆ ਇਹਨੂੰ, ਮੈਂ ਤਾਂ ਭੁੱਲ ਜਾਂਦੀ ਇਹਨੇ ਬੰਦਾ ਪਹਿਲਾਂ ਬੁਲਾਇਆ ਸੀਗਾ, ਅਗਲਾ ਬਾਅਦ ਚ ਕਹੂਗਾ ਤੇਰੀ ਘਰ ਵਾਲੀ ਬੁਲਾਉਂਦੀ ਨੀ ਭਾਈ। ਜੈ ਬਾਲਾ ਜੀ ਮਹਾਰਾਜ ਕੀ। ਸਾਰਾ ਕੱਚਾ ਏਰੀਆ ਕਰਤਾ ਤੇ ਸਾਈਡ ਤੇ ਬੈਂਬੂਸ ਦੇ ਨਾਲ ਕਵਰ ਕਰਤਾ, ਬੈਂਬੂਸ ਦੀ ਕੰਧ ਕੱਢ ਦਿੱਤੀ। ਹਾਈਵੇ ਬਣ ਹੀ ਗਿਆ, ਬਣ ਕੇ ਜਾਣਾ, ਕਿੰਨੇ ਟ੍ਰੈਫਿਕ ਚੱਲਦਾ। ਡਾਗੀ ਬਾਬੂ ਵਿਚਾਲੇ ਖੜਾ, ਕਿਸ ਅਟਰੈਕਸ਼ਨ ਚ ਖੜਾ, ਕੌਣ ਭੱਜਿਆ? ਪਹਿਲਾਂ ਪੋਜੀਸ਼ਨ ਲੈ ਕੇ ਖੜਾ ਸੀ, ਫਿਰ ਡਾਊਨ ਪੈ ਗਿਆ। ਪੈ ਜਾਣ ਉਧਰ ਦੇ ਸਾਈਡ ਤੋਂ ਦਿਖੂਗਾ। ਅੱਛਾ
ਉੱਥੇ ਜੇ ਮੈਨੂੰ ਲੱਗਦਾ ਜਦੋਂ ਭਗਵੰਤ ਮਾਨ ਆਉਣਾ ਉਦੋਂ ਹੋਊਗਾ ਸ਼ਾਇਦ। ਉਹ ਦੇਖੋ ਉਹ ਤੁਹਾਨੂੰ ਦਿਖਾਵਾਂਗੇ, ਪਰਦਾ ਹਟਾਵਾਂਗੇ, ਉੱਥੇ ਲਿਖਿਆ ਹੋਇਆ ਗਾ ਲੋਕ ਇੱਥੇ ਰੀਲਾਂ ਬਣਾ ਬਣਾ ਪਾਇਆ ਕਰਨਗੇ। ਵੇਖੋ ਅਸੀਂ ਦੋਨਾਂ ਨੇ ਰੀਲ ਬਣਾਉਣੀ ਸੀ, ਸਾਰਾ ਡੱਬਰ ਵਿੱਚ ਚੜ ਗਿਆ ਸਾਡੇ ਵਿੱਚ। ਦੇਖੋ ਗਾਈਸ ਦੇਖੋ, ਅਸੀਂ ਇਕੱਲੇ ਬਣਾਵਾਂਗੇ ਜਦੋਂ ਇਹ ਘਰੇ ਨਾ ਹੋਵੇ, ਭੂਤਾਂ ਤੋਂ ਬਿਨਾਂ। ਮਹਾਨ ਦੀਏ ਵਿਮ ਕਰਕੇ ਫਲਾਈ ਆਵਾਂ। ਗੁਨੂ ਦੇ ਪਾਪਾ ਕਹਿੰਦੇ ਕਿ ਮੈਂ ਗੁਨੂ ਦੇ ਇੱਕ ਕਰਿਊਜ਼ ਕੰਟਰੋਲ ਲਗਾ ਤਾ ਤੇ ਮੇਰੇ ਪੈਰ ਦੇ ਉੱਪਰ ਹੀ ਹੈ, ਇੱਥੋਂ ਹੀ ਰੇਸ ਵਧੂ ਘਟੂਗੀ। ਗੁਨੂ ਕਹਿੰਦੀ ਹੱਥ ਛੱਡ ਦੋ, ਹੱਥ ਛੱਡ ਕੇ ਕਿੱਥੇ ਜਾਣਾ ਗੁਨੂ। ਇੱਧਰ ਗੱਡੀ ਆਈ ਤੁਸੀਂ ਮੋੜ ਦੀ, ਇੱਧਰ ਗੱਡੀ ਮੋੜ ਦੀ, ਹੁਣ ਇੱਥੇ ਰੇਸ ਵਧਾਵਾਂਗੇ ਆਪਾਂ। ਵਧਾਇਓ ਕਿੰਨੇ ਦੀ ਰੇਸ ਤੇ ਆ ਸਭੂ? 73 ਆਪਾਂ 100 ਤੇ ਵਜਾ ਲਓ, ਜਦੋਂ ਬ੍ਰੇਕ ਲੱਪਾਂਗੇ ਕਰੂਜ਼ ਕੰਟਰੋਲ ਟੁੱਟ ਜਾਊਗਾ। ਆਪਾ ਜੀ ਓਕੇ ਕਰ ਸਕੋ, ਹੌਲੀ ਕਰੋ ਹੌਲੀ, ਆਪਾਂ ਖੁੱਲੀ ਰੋਡ ਆਈ ਨਾ। 100 ਕਿੱਥੇ ਰੋਕੀ ਆ? ਬਰਗਰ ਕਿੰਗ ਦਾ ਖਾਣਾ, ਬਰਗਰ ਕਿੰਗ ਦਾ ਖਾਣਾ, ਬਰਗਰ ਕਿੰਗ ਤੇ ਕੱਲ ਤਾਂ ਜਾ ਕੇ ਆਏ ਸੀ ਤਾਂ। ਆਪਾਂ ਰੋਕੀ ਗੱਡੀ ਰੋਕ ਲਓ, ਮੈਂ ਗੱਡੀ ਨਹੀਂ ਲੈ ਕੇ ਗਿਆ ਹੁਣ, ਅਜੇ ਤਾਂ ਖੁੱਲਿਆ ਵੀ ਨਹੀਂ। ਅਬ ਇੱਕ ਵਾਰ ਦੇਖਾ ਦਿਓ ਗਾਇਸ ਨੂੰ, ਹਾਂ ਸਹੀ ਹੈ ਜੋ ਦੇਖੋ। ਪਰ ਆ ਸੀਗਾ ਬਰਗਰ ਕਿੰਗ, ਆ ਸੀ ਆ ਸੀਗਾ ਬੋਰਡ ਬਰਗਰ ਕਿੰਗ ਸਾਬੂ, ਕੱਲ ਇੱਥੇ ਆਇਆ ਸੀ ਭਾਈ ਸਿੰਘ ਆਪਣੇ ਅੰਦਰ ਉਹ ਦੇਖੋ ਇੱਥੋਂ ਲਾਏ ਸੀ ਕੱਲ ਬਰਗਰ, ਸਕੂਲ ਵਾਲਿਆਂ ਨੇ ਟੂਰ ਤੇ ਇੱਥੇ ਬਰਗਰ ਖਵਾਏ ਸੀ ਬਰਗਰ ਕਿੰਗ ਤੋਂ। ਸਾਬੂ ਕਹਿੰਦਾ ਸਵਾਦ ਸੀ ਜਾਂ ਨਹੀਂ? ਸਵਾਦ ਨੰਬਰ 1 ਸੀ ਬਰਗਰ ਚਿਕਨ ਨਹੀਂ ਸੀ। ਫਿਰ ਤਾਂ ਪੂਰੇ ਆਏ ਖੜੇ ਸੀਗੇ ਚਿਕਨ ਵਾਲੇ ਖਾ ਕੇ। ਮੈਂ ਕਿ ਤੈਨੂੰ ਮਿਲ ਜਾਣਾ 5 ਵਜੇ ਦਾ ਬੋਲ ਆ ਗਿਆ, ਮੈਂ ਕਿ ਚਲੋ ਨਾਂ ਚਲੀਏ। ਲੋ ਜੀ ਕਹਿੰਦੇ ਜੀਓ ਵਾਲੇ ਪੈਟਰੋਲ ਪੰਪ ਤੋਂ ਤੇਲ ਪਵਾ ਦਿਓ, ਗ੍ਰੀਨ ਗ੍ਰੀਨ ਕਲਰ ਕਰਦੇ ਇਹਨਾਂ ਦਾ, ਸੋਹਣਾ ਲੱਗਦਾ ਨਾ, ਨਵੇਂ ਨਵੇਂ ਬਣੇ ਹੋਏ ਆ। ਗ੍ਰੀਨ ਗ੍ਰੀਨ ਜੀਓ 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 ਕਿੱਧਰ ਗਏ? ਸਾਡਾ ਹੀਰੋ ਕਿੱਧਰ ਗਿਆ? ਹੀਰੋ ਦਾ ਸਾਡੇ ਦਾ ਧਿਆਨ ਨਹੀਂ। ਦਰਖਤ ਦੇਖੋ ਕਿਹੜੇ ਸੋਹਣੇ ਲੱਗਦੇ ਆ, ਸਪੈਸ਼ਲ ਰੋਕ ਕੇ ਦਰਖਤਾਂ ਦੀ ਵੀਡੀਓ ਬਣਾਉਣ ਵਾਸਤੇ, ਗ੍ਰੀਨਰੀ ਘੈਂਟ ਲੱਗਦੀ ਹੈ ਨਾ। ਨਾਲੇ ਦਿੱਲੀ ਜਾਣਾ ਸੀ ਇਹਨੇ, ਬੱਸ 'ਚ ਜ਼ਿਆਦਾ ਘਬਰਾਹਟ ਹੁੰਦੀ ਹੈ। ਮੈਨੂੰ ਘਬਰਾਹਟ ਹੋ ਜਾਂਦੀ, ਮੈਂ ਇੱਥੇ ਛੱਡ ਦਈਏ ਆਉਂਦੇ ਲੈ ਲਾਂਗੇ, ਇੱਥੇ ਬਹਿ ਜਾ ਖੇਤਾਂ 'ਚ ਘੁੰਮ ਲਾ। ਕਿੱਡੇ ਸੋਹਣੇ ਆ ਦੇਖੋ ਦਰਖਤ, ਕੀ ਆ ਗਿਆ ਸਬੂ? ਕਿੱਥੋਂ ਦੀ ਨਹਿਰ ਆ ਗਈ? ਬੀਬੀ ਵਾਲੇ ਪਿੰਡ ਦੀ। ਦੇਖੋ ਜਾਂਦਾ ਪਾਣੀ ਸ਼ੂਕਦਾ, ਕਿੰਨੀ ਤੇਜ਼ ਪੂਰਾ ਤੇਜ਼ ਜਾ ਰਿਹਾ। ਹਾਂ ਕਿੰਨੀ ਤੇਜ਼ ਲਹਿਰ ਨਹੀਂ, ਕਿੰਨੀ ਤੇਜ਼ ਨਹਿਰ ਆ, ਲਹਿਰ ਪਾਣੀ ਦੀਆਂ ਛੱਲਾਂ ਹੋਵਣ, ਵੇਵਸ। ਹੁਣ ਵੇਵਸ ਤੇ ਪਹੁੰਚ ਗਿਆ। ਅੱਛਾ ਜੀ, ਗੁਨੂੰ ਸ਼ਾਂਤ ਹੋ ਗਈ। ਲਿਫਾਫਾ ਨਾ ਫੜ ਲਈ, ਹੋਰ ਕੀ ਲਿਆਏ?
ਪਿੱਛੇ ਹੀ ਰੱਖ ਲਓ, ਆਪਦਾ ਕੱਢ ਲਓ। ਇਹ ਕੁਛ ਚੀਜ਼ ਨਹੀਂ ਮੰਗਦੀ ਸੀ ਖਾਣੇ ਬੁੰਨੂ, ਮੈਂ ਤਾਂ ਬਲੂ ਖਾਣੇ ਸੀ, ਮੈਂ ਤਾਂ ਬਲੂ ਸੀ ਵੇ, ਬਲੂ ਹੈ ਨਹੀਂ ਸੀਗੇ, ਕੋਈ ਨਹੀਂ ਲੈ ਤੂੰ ਥੋੜਾ ਜਿਹਾ ਉਹ ਪੀਲਾ ਘਬਰਾਟ ਹੁੰਦੀ ਹੈ ਤੇ ਬਾਅਦ ਚੋਂ ਖਾ ਲਿਓ, ਮੈਂ ਪਿੱਛੇ ਰੱਖ ਦੂੰ, ਬਾਕੀ ਉਹ ਪਿੱਛੇ ਰੱਖ ਦੇ ਲਿਫਾਫਾ ਦੁੱਧ ਵਾਲਾ ਧਿਆਨ ਨਾਲ ਰੱਖੀ ਹੌਲੀ ਜਿਹੀ ਲੈ ਲਓ। ਕਿੰਨੇ ਕਿੰਨੇ ਸਟਾਪਿਸ ਲੈ ਕੇ ਜਾਂਦੇ ਹਾਂ ਅਸੀਂ, ਅੱਧੇ ਘੰਟੇ ਅੱਧੇ ਪੌਣੇ ਘੰਟੇ ਦੇ ਸਫ਼ਰ 'ਚ ਵੀ। ਹਾਂ ਸਾਡੀ ਗੱਡੀ ਗੰਦੀ ਹੋ ਜੂਗੀ, ਪਾਣੀ ਪਾਣੀ ਕਿਵੇਂ ਖੜਾ, ਪਾਣੀ ਮੀਂਹ ਪਿਆ ਹੋਣਾ ਇੰਨੀ ਕੁ ਜਗ੍ਹਾ 'ਚ, ਕੰਮ ਚੱਲੀ ਆ। ਮਨਮੀਤ ਹੋਰਾਂ ਦੀ ਥੋੜ੍ਹੀ ਆ, ਆਰਮੀ ਦੀ ਆ ਕਿਸੇ ਦੀ, ਕਹਿੰਦੇ ਮਨਮੀਤ ਹੋਰਾਂ ਦੀ ਨਵਾਂ ਘੜੀ। ਲਓ ਜੀ ਕਰੋ ਦਰਸ਼ਨ, ਗੁਰੂ ਘਰ ਦੇ ਪਹੁੰਚ ਗਏ ਆਪਦੀ ਗੱਡੀ ਲੈ ਕੇ ਸੈਕਿੰਡ ਟਾਈਮ, ਬਹੁਤ ਟਾਈਮ ਬਾਅਦ ਗੇੜਾ ਲੱਗਿਆ। ਲਓ ਜੀ ਪਹੁੰਚ ਗਏ ਆਪਾਂ ਡੇਰੇ, ਵਾਹਿਗੁਰੂ ਮਾਲਕ ਨੇ ਚਾਹਿਆ ਤੇ 2025 ਦੇ ਵਿੱਚ ਲੋਕਾਂ ਦਾ ਵੇਖਣ ਦਾ ਨਜ਼ਰੀਆ ਤੇ ਆਪਣੇ ਹਾਲਾਤ ਦੋਵੇਂ ਬਦਲ ਦੇਣਗੇ। ਜਿੰਨੇ ਦੁੱਖ ਤੂੰ ਅੱਜ ਤੱਕ ਵੇਖੇ ਨੇ ਉਸ ਤੋਂ ਕਿਤੇ ਵੱਧ ਸੁੱਖ ਤੇਰੀ ਕਿਸਮਤ 'ਚ ਰੱਬ ਨੇ ਲਿਖੇ ਨੇ। ਕਹਿੰਦੇ ਜਿੰਨੇ ਅਥਰੂ ਤੂੰ ਵਹਾਏ ਨੇ ਦੁੱਖ 'ਚ ਉਸ ਤੋਂ ਵੱਧ ਖੁਸ਼ੀਆਂ ਦੇ ਸਮੁੰਦਰ ਲਿਖੀ ਬੈਠਾ ਰੱਬ ਤੇਰੇ ਵਾਸਤੇ। ਜਿਨ੍ਹਾਂ ਨੇ ਸਬਰ ਦੇ ਰਸਤੇ ਫੜੇ ਨੇ ਉਹਨਾਂ ਦੀਆਂ ਮੰਜ਼ਿਲਾਂ ਬਹੁਤ ਖੂਬਸੂਰਤ ਹੁੰਦੀਆਂ ਨੇ। ਜੇ ਚੰਗਾ ਟਾਈਮ ਚੱਲਦਾ ਤਾਂ ਸ਼ੁਕਰਾਨਾ ਕਰਿਓ ਤੇ ਜੇ ਮਾੜਾ ਚੱਲਦਾ ਤਾਂ ਇਬਾਦਤ ਕਰ, ਇਬਾਦਤ ਕਰਨ ਦੇ ਨਾਲੇ ਗੱਲ ਬਣਦੀ ਕਿਸੇ ਦੀ ਅੱਜ ਬਣ। ਦੇਖੀ ਉਧਰ ਆਪਾਂ ਮੱਥਾ ਟੇਕਿਆ, ਇਹ ਆਪਣੇ ਇੱਧਰ ਚੱਲਦੇ, ਇੱਕ ਇੱਧਰ ਆ ਡੇਰਾ। ਸੜਕਾਂ ਦੇਖੋ ਗਲੀ ਕਿੰਨੀ ਭੀੜੀ ਆ ਜਿਹੜੀ ਡੇਰੇ ਨੂੰ ਜਾਂਦੀ, ਨਿੱਕੀਆਂ ਨਿੱਕੀਆਂ ਸੜਕਾਂ, ਪਰ ਕਿ ਸਫਾਈ ਦੇਖੋ ਸੜਕ ਤੇ ਕਿੰਨੀ ਆ, ਜ਼ਿਆਦਾ ਕੀ ਆ। ਸਾਰੇ ਘਰਾਂ ਵਾਲੇ ਆਪਦੇ ਆਪਦੇ ਮੂਹਰੋਂ ਧੋ ਦਿੰਦੇ ਹੋਣੇ, ਚਮਕਾ ਦਿੰਦੇ ਹੋਣੇ। ਓ ਪਹੁੰਚ ਗਏ ਸਾਹਮਣੇ ਜਮਾਂ, ਸਾਹਮਣੇ ਜਮਾਂ, ਓ ਸੀ ਸਾਹਮਣੇ ਸਾਹਮਣੇ ਸਾਹਮਣੇ। ਲਓ ਜੀ ਗੱਡੀ ਉਹ ਚਲਾਤੀ ਆਪਾਂ ਪਾਰਕਿੰਗ, ਅੱਜ ਗੱਡੀ ਅੰਦਰ ਨਹੀਂ ਲੈ ਕੇ ਗਏ ਡੇਰੇ ਦੇ, ਕਾਫੀ ਜ਼ਿਆਦਾ ਰਸ਼ ਸੀਗਾ ਅਤੇ ਗੱਡੀ ਆਪਾਂ ਇੱਥੇ ਲਾਤੀ। ਆਪਣਾ ਬਾਈ ਹਜੇ ਆਇਆ ਨਹੀਂ ਸੀ ਤਾਂ ਕਰਕੇ ਸਮਾਨ ਚੱਕੋ। ਇੱਕ ਵਾਰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਚੰਗੇ ਬਣ ਲਓ, ਪਿਆਰ ਕਰ ਲਓ ਆਪਸ ਦੇ ਵਿੱਚ, ਕੁਛ ਨਹੀਂ ਲੈ ਜਾਣਾ ਇੱਥੋਂ, ਗਾਲੀ ਗਲੋਚ ਕਰਕੇ ਵੱਡਾ ਨਹੀਂ ਹੁੰਦਾ ਬੰਦਾ, ਛੋਟਾ ਹੀ ਹੁੰਦਾ। ਸੋ ਆਪਣੇ ਕੱਦ ਵੱਡੇ ਕਰੋ, ਆਪਣੇ ਆਪ ਨੂੰ ਵੱਡਾ ਕਰੋ, ਆਪਣੇ ਆਪਣੀਆਂ ਨੀਅਤਾਂ ਨੂੰ ਵੱਡਾ ਕਰੋ, ਹਨਾ। ਲੋਕ ਕਹਿਣ ਯਾਰ ਵੀ ਹਾਂ ਸਾਡੀ ਪੰਜਾਬੀਆਂ ਦੀ ਪਛਾਣ ਬਣੇ। ਮਾਂ ਨੇ ਜਿਹੜਾ ਮੇਰਾ ਸਾਥ ਨਹੀਂ ਕਦੀ ਛੱਡਿਆ, ਇੰਨੇ ਸਾਲਾਂ 'ਚ ਜੇ ਮੈਂ ਕਮਾ ਕੇ ਕੁਛ ਨਹੀਂ ਦਿੱਤਾ ਤੇ ਉਹਨਾਂ ਦੇ ਮੱਥੇ ਤੇ ਕਦੀ ਤਿਉੜੀ ਨਹੀਂ ਆਈ। ਮੈਂ ਜਦੋਂ ਵੀ ਘਰੋਂ ਪੈਸੇ ਲੈ ਕੇ ਵੀ ਵਰਤਦਾ ਰਿਹਾ ਤੇ ਉਹਨਾਂ ਨੇ ਮਤਲਬ ਉਹ ਖਿੜਿਆ ਮੱਥਾ ਮੇਰੇ ਨਾਲ ਹੀ ਸੀਗਾ ਆਲਵੇਜ਼, ਤੇ ਮੈਂ ਜੇ ਜ਼ਿੰਦਗੀ 'ਚ ਕਾਮਯਾਬ ਹੋ ਗਿਆ ਤੇ ਉਹਨਾਂ ਦੀਆਂ ਦੁਆਵਾਂ ਕਰਕੇ। ਲਾਈਕ ਮੈਂ ਕਹਿੰਦਾ ਸਾਨੂੰ ਬੇਬੇ ਨੇ ਇੱਕੋ ਗੱਲ ਸਿਖਾਈ ਵੀਰੇ, ਪੁੱਤਰਾ ਜੋ ਵੀ ਕਰਨਾ ਮਿਹਨਤ ਨਾਲ ਕਰਨਾ, ਪਰ ਕਿਸੇ ਤੋਂ ਸਾੜਾ ਨਹੀਂ ਕਰਨਾ। ਜੇ ਤੁਹਾਡੇ ਨਾਲ ਕੋਈ ਮਾੜੀ ਵੀ ਕਰ ਗਿਆ ਪੁੱਤ, ਉਹ ਰੱਬ ਦੇਖਦਾ, ਪਰ ਤੈਂ ਕਿਸੇ ਦਾ ਮਾੜਾ ਨਹੀਂ ਕਰਨਾ। ਲੋ ਜੀ ਵਾਪਸੀ ਕਰ ਲਈ ਆਪਾਂ ਉਹਨਾਂ ਸੋਹਣੀਆਂ ਸੋਹਣੀਆਂ ਸੜਕਾਂ ਤੇ ਦੁਬਾਰਾ ਤੋਂ, ਹਰੀਆਂ ਭਰੀਆਂ ਰੰਗ ਬਰੰਗੀਆਂ, ਲੰਗਰ ਛਕ ਕੇ ਮਜ਼ਾ ਹੀ ਆ ਗਿਆ। ਬਾਹਲੀ ਸਵਾਦ ਸੀ ਦਾਲ, ਹਨਾ ਗਨੋ? ਹਾਂ ਠੰਡੀ ਸੀਗੀ, ਗਰਮ ਗਰਮ ਰੋਟੀਆਂ ਸੀ ਚਿੱਲੇ ਦੀਆਂ, ਉਹ ਵੀ ਮਜ਼ਾ ਆ ਗਿਆ। ਅੱਜ ਤਾਂ ਇੱਕ ਵਾਰੀ ਉੱਧਰ ਰੱਖ ਦੇ, ਬਾਅਦ ਚ ਛੱਡ ਦੂੰਗੀ ਮੇਰੇ। ਬਸ ਆ ਲਾ ਦੇ ਹੈਂਕੀ ਸਿਰ ਤੋਂ, ਉੱਧਰ ਰੱਖ ਦੇ, ਬ੍ਰੇਕਾਂ ਲਵਾਤੀਆਂ ਮੇਰੀਆਂ ਐਵੇਂ ਕਰਕੇ।
ਕੀ ਇੱਥੇ ਆ ਗਏ, ਇੱਧਰ ਜਾਣਾ ਪੁੱਛੋ ਮੰਡੀ, ਇੱਧਰ ਜਾਣਾ ਬਾਗਾ ਪੁਰਾਣਾ, ਇੱਧਰ ਜਾਣਾ ਭਗਤਾ ਭਾਈਕਾ ਜਦ ਤੋਂ, ਬਾਕੀ ਤੁਸੀਂ ਆਪੇ ਪੜ੍ਹ ਲਿਓ। ਜੇ ਕੋਈ ਰਹਿ ਗਿਆ ਹੋਵੇ ਤਾਂ ਅਸੀਂ ਜਾਣਾ ਬਠਿੰਡੇ, ਬਠਿੰਡੇ ਪਹੁੰਚ ਕੇ ਮਿਲਦੇ ਹਾਂ ਫਿਰ ਗਾਈਸ ਤੁਹਾਨੂੰ ਬਠਿੰਡੇ ਪਹੁੰਚ ਕੇ। ਦਿਮਾਗ ਖਰਾਬ ਹੈ ਲੋਕਾਂ ਦੇ, ਇਹੋ ਜਿਹੇ ਦੇ ਖੜ ਕੇ ਦੋ ਚਾਰ ਥਾਪੜ ਠੋਕੇ ਹੋਣ ਅਕਲ ਆ ਜੇ। ਤੂੰ ਤੇਰੀ ਵਾਲੀ ਗੱਲ ਕਿੱਥੇ, ਮੈਪ ਤੇ ਆ ਗਿਆ ਸੀ ਸੈਬੂ ਦਾ ਬਰਗਰ ਕਿੰਗ। ਸੈਬੂ ਕਹਿੰਦਾ ਲੈ ਬੈਸਟ ਔਨ ਨੈਸ਼ਨਲ ਹਾਈਵੇ ਸੈਬ। ਅੱਛਾ ਜੀ, ਕੱਲ ਤਾਂ ਖਾਦਾ, ਹੁਣ ਸੇਮ ਸੇਮ ਥੋੜੀ ਖਾਂਦੇ ਹੁੰਦੇ। ਕਾਲੀ ਲੰਗਰ ਛੱਕ ਕੇ ਤਾਂ ਆਇਆ, ਹਜੇ ਭੁੱਖ ਹੈਗੀ ਆ। ਆ ਸੀਗੇ ਜਿਹੜੇ ਸੁਬਹ ਜਾਂਦੇ, ਤੁਹਾਨੂੰ ਦੂਰੋਂ ਦਿਖਾਈ ਸੀ ਨਾ, ਕੀ ਕਹਿੰਦੇ ਇਹਨੂੰ, ਵਾਕਿੰਗ ਵਾਲਾ ਏਰੀਆ, ਵਾਕਿੰਗ ਡਿਸਟੈਂਸ, ਉੱਧਰ ਤੁਸੀਂ ਵਾਕ ਕਰ ਸਕਦੇ ਹੋ, ਸੈਰ ਕਰ ਸਕਦੇ ਹੋ। ਤਿਆਰੀ ਕਰ ਰਹੇ ਆ ਹਜੇ ਪ੍ਰੋਪਰ, ਪਰ ਸ਼ੁਰੂਆਤ ਹੋ ਗਈ, ਇੱਥੇ ਕਰਨਗੇ, ਇੱਥੇ ਇਹਦੀ ਓਪਨਿੰਗ ਕਰਨਗੇ ਬਹੁਤ ਜਲਦ, ਫਿਰ ਚਾਲੂ ਹੋ ਜੂਗਾ। ਥੱਕ ਗਏ ਪੈ ਗਏ ਵਿਚਾਰੇ, ਲੇਸ ਜਿਹੜੇ ਥੱਕ ਕੇ ਆਏ ਸੀ ਉਹ ਹੁਣ ਖਾਣਗੇ, ਲੈ ਕੇ ਆਏ ਸੀ ਜਿਹੜੇ, ਅਤੇ ਆਪਾਂ ਆ ਗਏ ਘਰੇ ਅਤੇ ਜਨਾਬ ਜੀ ਚੱਲਿਆ। ਦੇਖੋ ਮੈਂ ਕਿਹਾ ਸੀ ਨਾ ਮੁੰਡੇ ਨੇ ਆ ਕੇ ਪਰਫਿਊਮ ਸ਼ਮੂਮ ਕਿੰਨੀ ਸਮੈਲ ਚੜਾਤੀ, ਇੰਨਾ ਕੌਣ ਲਾਉਂਦਾ ਹੁੰਦਾ, ਥੋੜ੍ਹਾ ਲਾ ਲੇ, ਵਲੌਗ 'ਚ ਥੋੜ੍ਹੀ ਕਿਸੇ ਨੂੰ ਸਮੈਲ ਆਉਣੀ ਹੈ, ਇੰਨਾ ਵੇਸਟ ਕਰਤਾ। ਦੇਖੋ ਗਾਈਸ ਇਹਨੇ ਤੁਹਾਡੇ ਚੱਕਰ 'ਚ ਇੰਨਾ ਕਿਉਂ ਨਹੀਂ ਲੈ ਕੇ ਚੱਲੇ, ਜੇ ਪੈਣੀਗੀ ਸੰਭਾਲ ਲਿਓ, ਲਾਈ ਰੱਖਿਓ ਸੰਭਾਲਣ ਦੀ ਕਿਲੋ। ਹੋਰ ਘੈਂਟ, ਹੁਣ ਬੁਲਟ 'ਤੇ ਚੱਲਿਆ, ਅੱਗੇ ਗੱਡੀ 'ਤੇ ਜਾਣਾ ਸੀਗਾ, ਇੱਕ ਤਾਂ ਸਲਾਹਾਂ ਨਹੀਂ ਬਣਦੀਆਂ। ਹੁਣ ਕਹਿੰਦੇ ਵੀ ਕਿੱਧਰ ਲਿਜਾਊਂਗਾ ਬਾਜ਼ਾਰ 'ਚ ਗੱਡੀ, ਰਜਿੰਦਰਾ ਕਾਲਜ 'ਚ ਚੱਲਿਆ, ਰਜਿੰਦਰਾ ਕਾਲਜ। ਅੱਛਾ ਜੀ, ਇੱਕ ਬੰਦਾ ਸਾਡਾ ਪਹਿਲਾਂ ਜਾ ਵੜਿਆ, ਅਸੀਂ ਥੋੜ੍ਹੇ ਜਿਹੇ ਹੋ ਗਏ ਲੇਟ, ਚਲੋ ਜਾ ਕੇ ਮਿਲਦੇ ਆ, ਇਹ ਉੱਥੋਂ ਦਾ ਦਿਖਾਉਣਗੇ ਤੁਹਾਨੂੰ ਕੀ ਮਾਹੌਲ ਆ, ਕੀ ਰੰਗਤ ਆ। ਬਾਏ ਬਾਏ। ਲਓ ਵੀ ਮਿੱਤਰੋ ਪਹੁੰਚ ਗਏ ਰਜਿੰਦਰਾ ਕਾਲਜ 'ਚ, ਆਉਣਾ ਸੀ ਆਪਾਂ, ਇੱਥੇ ਇਵੈਂਟ ਹੈ ਮਿਸਟਰ ਮਿਸਿਸ ਮਿਸਿਸ ਇਜ਼ ਪੰਜਾਬ ਦਾ ਬਠਿੰਡੇ ਦਾ, ਉੱਥੇ ਆਪਾਂ ਨੂੰ ਇਨਵੀਟੇਸ਼ਨ ਆਇਆ ਸੀਗਾ ਅਤੇ ਆਪਾਂ ਸਪੈਸ਼ਲ ਆ ਗਏ। ਚੈੱਕ ਕਰੋ ਰਜਿੰਦਰਾ ਕਾਲਜ, ਜਗਤਾਰ ਤਾਂ ਆ ਗਿਆ ਅਤੇ ਆਪਾਂ ਮੱਥਾ ਟੇਕਣ ਗਏ ਅਸੀਂ ਤਾਂ ਕਰਕੇ ਲੇਟ ਹੋ ਗਏ, ਫਿਰ ਮੈਂ ਜਗਤਾਰ ਨੂੰ ਕਹਿਤਾ ਤੂੰ ਪਹੁੰਚ, ਆਪਣੇ ਕੋਚ ਸਾਹਿਬ ਜੱਜਮੈਂਟ 'ਤੇ ਬੈਠੇ ਆ ਨਾਲ, ਆਪਾਂ ਨਾਲ ਉਹਦੇ, ਅਤੇ ਹੁਣ ਅੰਦਰ ਮਿਲਦੇ ਹਾਂ, ਕੀ ਮਾਹੌਲ ਅੰਦਰ ਚੈੱਕ ਕਰਦੇ ਹਾਂ। ਕੰਟੀਨ ਮਿਸਟਰ ਐਂਡ ਮਿਸ ਐਂਡ ਮਿਸਿਸ ਬਠਿੰਡਾ, ਆਡੀਟੋਰੀਅਮ 'ਚ ਜਾਣਾ ਆਪਾਂ। ਔਰ ਵਾਹਿਗੁਰੂ ਕਰੇ ਇਹ ਇਵੈਂਟ ਫਿਰ ਦੁੱਗਣੀ ਨਾਲ ਚੌਗਣੀ ਤਰੱਕੀ ਕਰੇ, ਔਰ ਹੋਰ ਵੱਡੇ ਵੱਡੇ ਉਪਰਾਲੇ ਤੁਸੀਂ ਸਾਡੇ ਪਾਰਟੀਸਪੈਂਟ ਵਾਸਤੇ ਲੈ ਕੇ ਆਓ, ਇਹਨਾਂ ਨੂੰ ਬਹੁਤ ਸੋਹਣੇ ਪ੍ਰੋਗਰਾਮ ਦਿਓ, ਔਰ ਵਾਹਿਗੁਰੂ ਤੁਹਾਨੂੰ ਅਤੇ ਚੜ੍ਹਦੀ ਕਲਾਸ ਦੇ। ਸੋ ਥੈਂਕ ਯੂ ਕਰਦੇ ਇਸ ਮੰਚ ਉੱਤੇ ਸਾਰਿਆਂ ਦਾ। ਫਿਰ ਮੈਨੂੰ ਐਵੇਂ ਦੱਸੋ, ਮੈਂ ਇੱਕ ਧੀਆਂ, ਇੱਕ ਕੁੜੀਆਂ, ਇੱਕ ਭੈਣ ਹਾਂ, ਜਾਂ ਫਿਰ ਮੈਂ ਇੱਕ ਮਨੋਰੰਜਨ ਦਾ ਸਾਧਨ ਹਾਂ,
ਜੇਕਰ ਮੈਂ ਇੱਕ ਧੀ ਤੇ ਇੱਕ ਭੈਣ ਆ ਤਾਂ ਮੇਰੇ ਵਾਲੇ ਨੇ ਬੁਰੀਆਂ ਨਜ਼ਰਾਂ ਕਿਉਂ? ਮੇਰੇ ਮਾਪਿਆਂ ਨੇ ਮੇਰੇ ਬਾਰੇ ਸੋਚਿਆ ਸੀ ਕਿ ਉਹ ਮੇਰੀ ਡੋਲੀ ਚੱਕਣਗੇ, ਪਰ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਮੇਰੀ ਅਰਥੀ ਚੱਕਣੀ ਪਈ। ਮੈਂ ਖੁਦ ਨੂੰ ਬਚਾਉਣ ਲਈ ਪੂਰੀਆਂ ਚੀਕਾਂ ਮਾਰਦੀ ਰਹੀ, ਮੈਂ ਤੜਫਦੀ ਰਹੀ, ਮੈਂ ਰੋਂਦੀ ਰਹੀ, ਪਰ ਮੈਨੂੰ ਕੋਈ ਵੀ ਬਚਾਉਣ ਨਹੀਂ ਆਇਆ। ਮੈਂ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭਿੱਖ ਮੰਗੀ, ਪਰ ਉਹਨਾਂ ਨੇ ਮੈਨੂੰ ਨਹੀਂ ਬਖਸ਼ਿਆ। ਸ਼ਾਇਦ ਉਹਨਾਂ ਕੋਲੋਂ ਦਿਲ ਨਹੀਂ ਸੀ ਜੋ ਕਿ ਉਹ ਮੈਨੂੰ ਬਖਸ਼ ਸਕਦੇ। ਮੇਰੇ ਮਾਪਿਆਂ ਨੇ ਮੈਨੂੰ ਲਾਲ ਜੋੜੇ ਵਿੱਚ ਸਜਾਉਣਾ ਸੀ, ਪਰ ਉਹਨਾਂ ਨੂੰ ਮੇਰੇ ਤੇ ਚਿੱਟਾ ਕਫਨ ਦੇਣਾ ਪਿਆ। ਤੁਸੀਂ ਵੀ ਮੇਰੇ ਲਈ ਬਹੁਤ ਕੁਝ ਕੀਤਾ, ਤੁਸੀਂ ਮੋਰਚੇ ਕੱਢੇ, ਮੋਮਬੱਤੀਆਂ ਜਲਾਈਆਂ ਤਾਂ ਕਿ ਮੈਨੂੰ ਕੋਈ ਇਨਸਾਫ ਮਿਲੇ। ਇਨਸਾਫ ਵਿੱਚ ਕੀ ਹੋਇਆ ਕਿ ਮੇਰਾ ਨਾਮ ਅਖਬਾਰਾਂ 'ਚ ਨਾ ਆਵੇ, ਕਿਉਂਕਿ ਮੇਰੀ ਇੱਜ਼ਤ ਜਾ ਚੁੱਕੀ ਸੀ। ਗਲਤੀ ਕੋਈ ਕਰਦਾ ਹੈ ਤੇ ਹਮੇਸ਼ਾ ਇੱਜ਼ਤ ਔਰਤ ਦੀ ਹੀ ਕਿਉਂ ਜਾਂਦੀ ਹੈ? ਮੇਰੇ ਕੋਲ ਤਾਂ ਆਪਣੇ ਪੂਰੇ ਸੰਸਾਰ ਹੈ ਨਾ। ਮੈਨੂੰ ਐਵੇਂ ਦੱਸੋ, ਮੇਰੀ ਇਸ 'ਚ ਗਲਤੀ ਕੀ ਸੀ? ਨਾ ਹੀ ਤਾਂ ਉਹ ਦਿੱਲੀ ਦਾ ਸ਼ਹਿਰ ਸੀ, ਨਾ ਹੀ ਮੈਂ ਰਾਤ ਨੂੰ ਆਵਾਰਾ ਘੁੰਮ ਰਹੀ ਸੀ, ਫਿਰ ਮੇਰੇ ਨਾਲ ਇਹ ਕਿਉਂ ਹੋਇਆ? ਕਿਉਂ? ਮੇਰੀ ਗਲਤੀ ਇਹ ਹੈ ਕਿ ਮੈਂ ਇੱਕ ਕੁੜੀ ਹਾਂ। ਮੈਂ ਇੰਨੇ ਆਪਣੇ ਅੰਦਰ ਐਂਬੀਸ਼ੀਅਸ ਰੱਖੇ ਹੋਏ ਹੈ ਕਿ ਮੈਂ ਇੱਕ ਗੋਲਡ ਮੈਡਲਿਸਟ ਬਣਨਾ ਚਾਹੁੰਦੀ ਹਾਂ ਮੈਡੀਕਲ ਫੀਲਡ ਵਿੱਚ, ਜਾਂ ਫਿਰ ਮੈਂ ਆਪਣੇ ਮਾਪਿਆਂ ਦੀ ਇਕੱਲੀ ਧੀ ਹੋ ਕੇ ਇੰਨੀ ਜ਼ਿਆਦਾ ਮਿਹਨਤ ਕਰਦੀ ਹਾਂ ਤਾਂ ਕਿ ਉਹਨਾਂ ਦਾ ਨਾਂ ਚਮਕਾ ਸਕਾਂ। ਧੰਨਵਾਦ। ਸੋ ਇੱਕ ਬਹੁਤ ਵੱਡਾ ਮੈਸੇਜ ਸੀਗਾ ਇਸ ਘਟਨਾ ਤੋਂ। ਮੈਂ ਸਾਰੀ ਜਾਣੂ ਹਾਂ ਕਿ ਬੀਤੇ ਟਾਈਮ ਕੀ ਹੋਇਆ, ਔਰ ਕਾਫੀ ਹੱਦ ਤੱਕ ਆਪਾਂ ਇਹ ਚੀਜ਼ਾਂ ਦੇਖੀਆਂ ਨੇ, ਔਰ ਮੈਨੂੰ ਲੱਗਦਾ ਵੀ ਪਤਾ ਨਹੀਂ ਕੁੜੀਆਂ ਦਾ ਇੰਨਾ ਸੇਫ ਕਿਉਂ ਨਹੀਂ ਹੈਗਾ, ਕਿਉਂਕਿ ਬਾਹਰ ਜਾਣ ਦਾ ਮਕਸਦ ਕੁਛ ਬੱਚਿਆਂ ਦੇ ਇਹੀ ਹੁੰਦਾ ਕਿ ਉੱਥੇ ਸੇਫ ਸਮਝਦੇ ਆਪਣੇ ਆਪ ਨੂੰ, ਆਪਣੇ ਸ਼ਹਿਰ ਦੇ ਵਿੱਚ ਕੋਈ ਸੇਫ ਨਹੀਂ ਰਹਿ ਸਕਦਾ। ਸੋ ਇੱਕ ਬਹੁਤ ਵੱਡਾ ਮੈਸੇਜ ਸੀਗਾ ਸਾਡੇ ਆਰਟਿਸਟ ਵੱਲੋਂ। ਲੋ ਗਾਇਸ, ਟਾਈਮ ਹੋ ਗਿਆ 2:15 ਹੋ ਗਿਆ। ਗੁੰਨੂ ਕਹਿੰਦੀ ਆਲੂ ਵਾਲੇ ਸੈਂਡਵਿਚ ਖਾਣੇ ਆ, ਗੁੰਨੂ ਬਣਾ ਕੇ ਖਵਾਊਗੀ ਅੱਜ। ਠੀਕ ਹੈ ਗੁੰਨੂ, ਮੈਂ ਹੀ ਪਾਉਂਗੀ ਲੂਣ ਮਿਰਚ, ਤੂੰ ਪਾ ਲੈ, ਪੱਕਾ ਗੁੰਨੂ ਬਣਾ ਕੇ ਖਵਾਊਗੀ। ਅਸੀਂ ਤਿੰਨੋਂ ਜਾਣੇ ਘਰੇ ਹਾਂ ਜਨਾਬ ਜੀ, ਤਾਂ ਉੱਥੇ ਗਏ ਹੋਏ ਆ ਫੰਕਸ਼ਨ 'ਤੇ, ਉੱਥੇ ਬਣਾਉਂਦੇ ਹੋਣੇ ਵਲੌਗ, ਅਸੀਂ ਘਰੇ ਬਣਾ ਰਹੇ ਹਾਂ ਅਸੀਂ ਜੋ ਕੀਤਾ। ਅਤੇ ਗੁੰਨੂ ਬਣਾ ਰਹੀ ਆ, ਆਲੂ ਬੋਇਲ ਕਰਕੇ ਲਿਆਈ ਆ, ਦੇਖੀ ਜਾਂਦੀ ਹੈ ਕਿੰਨੇ ਟਾਈਮ 'ਚ ਮਿਲਦੇ। 2:15 ਹੋ ਗਏ ਗਾਈਸ, ਮੈਂ ਕੁਛ ਨਹੀਂ ਕਰਨਾ, ਸਾਰਾ ਕੁਛ ਗੁੰਨੂ ਕਰੂਗੀ, ਦੇਖੀ ਜਾਂਦੀ ਹੈ ਕਿੰਨੇ ਟਾਈਮ 'ਚ ਮਿਲਦੇ। ਲੂਣ ਮਿਰਚ ਵੀ ਨਹੀਂ ਪਾਉਣਾ? ਆਪਦੇ ਵਾਲੇ 'ਚ ਤੂੰ ਪਾ ਲਈ, ਮੈਂ ਆਪਦੇ ਵਾਲੇ 'ਚ ਆਪੇ ਪਾ ਲੂੰਗੀ। ਠੀਕ ਹੈ? ਨਾ, ਮੈਂ ਤਾਂ ਆਪਦੇ ਆਪੇ ਪਾ ਲੂੰਗੀ। ਗੁੰਨੂ ਮੈਡਮ ਬਣਾ ਰਹੀ ਹੈ ਆਲੂ ਸੈਂਡਵਿਚ, ਆ ਜਾਓ ਜੀ ਖਾ ਲਓ ਸਾਰੇ ਜਾਣੇ। ਕਿੰਨੇ ਟਾਈਮ 'ਚ ਹਜੇ? ਇੱਕ ਆਲੂ ਛਿੱਲਿਆ, ਇੱਕ ਵਨ ਆਲੂ। ਚਲ ਮਿਲਦੇ ਹਾਂ ਗਾਈਸ ਜਲਦੀ ਤੁਹਾਨੂੰ। ਤੁਸੀਂ ਨਹੀਂ ਛਿੱਲਣਾ ਹੁਣ? ਮੈਂ ਕਿਉਂ ਛਿੱਲੂੰਗੀ, ਮੈਂ ਵਿਹਲੀ ਐਸ਼ ਕਰਦੀ ਹਾਂ। ਮੰਮੀ ਤੁਸੀਂ ਤਾਂ ਕਹਿੰਦੇ ਸੀ ਮੈਂ ਬਣਾਉਂ। ਮੈਂ ਖਾ ਕੇ ਦੇਖ ਮੰਮੀ ਅੱਜ ਕਿਵੇਂ, ਜੇ ਗੁੰਨੂ ਬਣਾਉਂਦੀ ਫਿਰ ਗਈ ਸਾਨੂੰ ਰਾਤ ਨੂੰ ਮਿਲਣੇ ਸੀਗੇ, ਇਸ ਕਰਕੇ ਹੋਰ ਦੋ ਆ, ਮੈਨੂੰ ਟੇਸਟ ਨਹੀਂ ਆਇਆ ਨੰਬਰ 1। ਇਹਦੇ ਪਾਪਾ ਨੂੰ ਹੁੰਦਾ ਸੌਸਿਸ ਵਗੈਰਾ ਪਾ ਕੇ ਬਣਾਈਏ, ਅੱਜ ਅਸੀਂ ਸਿੰਪਲ ਆਲੂ ਬਸ, ਨਮਕ ਮਿਰਚ ਤੇ ਚਾਟ ਮਸਾਲਾ, ਸਿੰਪਲ ਹੈ, ਸਹੀ ਹੈ। ਇਹ ਖਾਂਦੀ ਹੁੰਦੀ ਸੀ ਐਵੇਂ ਵਾਲੇ ਤੇਰੀ ਨੇਹਾ ਬੋਲ, ਇਹਦੇ ਤੇ ਗੰਦਾ ਦੇਖ। ਮੰਮੀ ਮੈਂ ਬਣਾਉਣਾ ਹੁਣ, ਮੈਂ ਉਹਦੇ ਉੱਤੇ ਲਾਉਣਾ ਸਾਰਾ ਕੁਛ ਭਰ ਕੇ, ਤੂੰ ਤਾਂ ਵੇਤੇ ਲਾ ਬਸ। ਗਾਈਸ ਅਸੀਂ ਬਣਾ ਕੇ ਮਿਲਦੇ ਆ। ਹਾਂ।
ਲੋ ਗਾਈਸ, ਗੁਨੂ ਨੇ ਬਣਾ ਲਿਆ ਸੈਂਡਵਿਚ, ਇੱਧਰ ਬਣਾ ਰਹੀ ਆ ਬਨ ਬਟਾ। ਇੱਧਰ ਆਪਾਂ ਬਣਾਵਾਂਗੇ ਆਪਣੇ ਵਾਸਤੇ ਕਾਫੀ, ਤੇ ਆ ਗੁਨੂ ਸੈਬੂ ਦਾ ਦੁੱਧ ਆ, ਇਹਦੇ ਚ ਪਾਵਾਂਗੇ ਆਪਾਂ ਬਨ ਬਟਾ। ਸੈਬੂ ਲਾਇਆ ਖੁੰਜੇ, ਬੱਚੇ ਨੇ ਪੀਂਦੇ ਨੇ, ਦੇਖ ਲਓ ਕੀ ਕਰਤਾ, ਲਾਸਟ ਵਾਲਾ ਬੇਕਾਰ ਹੋ ਗਿਆ, ਸੜ ਗਿਆ। ਇੱਧਰ ਦੇਖੀ ਸੱਲੇਣਾ ਸਿੜਦੀ। ਲੋ ਗਾਈਜ਼, ਆਪਣੇ ਸੈਂਡਵਿਚ ਬਣ ਗਏ, ਗੁਨੂ ਸੈਬੂ ਤੇ ਮੇਰਾ ਦੁੱਧ, ਇਹਨਾਂ ਦਾ ਬਾਰਨਵਿਟਾ ਦਾ ਦੁੱਧ ਤੇ ਮੇਰੀ ਕਾਫੀ। ਆਖਾਲੀ ਟੇਸਟੀ ਬਣੇ ਨੰਬਰ 1। ਲੋ ਜੀ, ਸੈਬੂ ਨੂੰ ਪਸੰਦ ਆ ਗਈ, ਓਕੇ ਸੈਬੂ ਨੂੰ ਪਸੰਦ ਆ ਗਏ। ਅੱਜ ਅਸੀਂ ਜਨਾਬ ਜੀ ਦੇ ਬਿਨਾਂ ਖਾ ਰਹੇ ਹਾਂ, ਭੁੱਖ ਲੱਗੀ ਸੀ। ਜਨਾਬ ਜੀ ਉੱਥੇ ਬੈਠੇ ਖਾ ਰਹੇ ਆ ਸਮੋਸੇ, ਡਰਾਈ ਫਰੂਟਸ, ਅਸੀਂ ਤਾਂ ਬ੍ਰੈਡ ਖਾ ਰਹੇ ਹਾਂ, ਉਹਨਾਂ ਨੂੰ ਵੀ ਖਵਾ ਦਾਂਗੇ ਘਰੇ ਆਇਆਂ ਨੂੰ। ਚਲੋ ਅਸੀਂ ਆਪਦੀ ਪੇਟ ਪੂਜਾ ਕਰ ਲਈਏ, ਭੁੱਖ ਲੱਗੀ ਸੀ। ਜੇ ਮੈਂ ਇਕੱਲੀ ਹੁੰਦੀ ਗਾਈਸ ਘਰੇ, ਫਿਰ ਤਾਂ ਨਹੀਂ ਮੈਂ ਕੁਛ ਵੀ ਬਣਾਉਂਦੀ ਹੁੰਦੀ, ਪਤਾ ਮੈਂ ਦੁੱਧ ਵੀ ਨਹੀਂ ਪੀਂਦੀ ਹੁੰਦੀ, ਅਸੀਂ ਬੈਠ ਰਹਿੰਦੀ ਹਾਂ। ਅੱਜ ਬੱਚੇ ਘਰੇ ਸੀਗੇ ਤਾਂ ਕਰਕੇ ਆਪਾਂ ਥੋੜ੍ਹਾ ਥੋੜ੍ਹਾ ਖਾ ਲੈਂਦੇ ਹਾਂ, ਓਕੇ। ਚਲੋ ਖਾ ਪੀ ਲਈਏ ਫਿਰ ਮਿਲਦੇ ਹਾਂ। ਸੈਬੂ ਦੀ ਬਾਹਰ ਨਿਕਲ ਗਈ, ਮੇਰੇ ਵੀ ਨਿਕਲ ਗਈ। ਲੋ ਗਾਈਸ, ਖਾ ਪੀ ਕੇ ਆਪਾਂ ਲੂਡੋ ਖੇਡਣ ਲੱਗੇ ਆ, ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ। ਸਾਡੇ ਤਿੰਨਾਂ ਚੋਂ ਕੌਣ ਵਿਨਰ ਬਣਦਾ, ਫਸਟ ਸੈਕਿੰਡ ਹੁੰਦਾ, ਥਰਡ ਆ ਲੂਜ਼ਰ ਕੌਣ ਰਹਿੰਦਾ। ਹਾਏ ਮੂੰਹ, ਸਾਡੇ ਦੋ ਨਿਕਲ ਗਏ, ਹਾਏ ਹੋਏ ਨਹੀਂ ਕਰਨੀ, ਨੱਪਣਾ ਨਹੀਂ, ਬਾਹਰ ਕੱਢ ਦੇਵਾਂਗੇ। ਆਪਦੀ ਆਪਦੀ ਡਿਊਟੀ ਖੇਡਣੀ ਆ, ਕਿਸੇ ਦੀ ਨਹੀਂ ਖੇਡਣੀ, ਠੀਕ ਹੈ ਨਾ। ਚਲੋ ਮੰਮਾ, ਚਲੋ ਗਾਈਸ ਫਿਰ ਮਿਲਦੇ ਆ ਤੁਹਾਨੂੰ। ਮੇਰੀ ਬਲੂ ਆ, ਸੈਬੂ ਦੀ ਯੈਲੋ ਤੇ ਗੁਨੂ ਦੀ ਰੈੱਡ, ਓਕੇ।
ਗਾਈਸ ਮੇਰੀਆਂ ਤਿੰਨ ਪੈ ਗਈਆਂ ਅੰਦਰ, ਇੱਕ ਰਹਿ ਗਈ ਬਸ ਪੈਨ ਵਾਲੀ। ਹੱਥ ਫਿਰ ਤੂੰ ਹੀ ਚਲਾਈ ਜਾਂਦਾ। ਚੱਲ ਇਹਨੂੰ ਹਾਰ ਬਰਦਾਸ਼ਤ ਨਹੀਂ ਹੁੰਦੀ, ਪਹਿਲਾਂ ਇਹਨੇ ਖੇਡਣਾ ਹੁੰਦਾ। ਜਾਂ ਤਾਂ ਖੇਡਿਆ ਨਾ ਕਰ, ਹੁਣ ਫਿਰ ਗਿਆ। ਮੇਰੇ ਦੋ ਚਾਹੀਦੇ ਆ ਮੈਨੂੰ, ਦੋ ਗਾਇਸ ਹੁਣ ਫਿਰ ਗਿਆ, ਜਿੱਤ ਗਿਆ ਗਾਇਸ, ਮੈਂ ਫਸਟ ਆ ਗਿਆ, ਫਸਟ 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 ਮੰਮਾ ਮੰਮਾ ਫਸਟ ਪਲੇਅਰ ਹੀ ਸੀਗਾ, ਫਸਟ ਹੀ ਆ। ਵੈਰੀ ਗੁੱਡ, ਗੁਨੂ ਦੇ ਅੰਦਰ ਵੜ ਗਈ, ਗੁਨੂ ਦੇ ਸਾਹਿਬ 'ਚ ਮੁਕਾਬਲਾ ਹੁਣ। ਚੱਲ ਗੁਨੂ ਦੀਆਂ ਵੀ ਦੋ ਵਾੜੀਆਂ, ਸਾਹਿਬ ਦੀਆਂ ਤਿੰਨ ਅੰਦਰ ਆ। ਇਹਨੇ ਪਹਿਲਾਂ ਤਿੰਨ ਭਜਾਉਣ 'ਤੇ ਜ਼ੋਰ ਲਾਇਆ ਸੀ, ਮੈਂ ਇਹਨੂੰ ਕਿਹਾ ਸੀਗਾ ਵੀ ਜਿਹੜੀ ਇੱਕ ਰਹਿ ਜਾਂਦੀ ਹੈ ਨਾ ਉਹ ਬਹੁਤ ਤੰਗ ਕਰਦੀ ਹੈ, ਇਸ ਕਰਕੇ ਇਕੱਠੀਆਂ ਨੂੰ ਮੈਨੇਜ ਕਰਕੇ ਚੱਲਿਆ ਕਰੋ। ਹੁਣ ਬੈਠਾ ਮੂੰਹ ਬਣਾ ਕੇ ਸੈਬੂ ਨੂੰ ਇੱਕ ਚਾਹੀਦਾ ਅਤੇ ਗੁਨੂ ਨੂੰ ਪੰਜ ਚਾਹੀਦੇ ਆ। ਮੈਚ ਫਸ ਗਿਆ ਗਾਈਸ। ਓਏ ਸੈਬੂ ਸੈਕਿੰਡ, ਸੈਬੂ ਸੈਕਿੰਡ, ਗੁਨੂ ਦਿਖਾ ਤੁਸੀਂ। ਆਹ ਦੇਖੋ ਫਸਟ ਪਲੇਅਰ ਮੈਂ ਸੀ ਵਿਨਰ, ਸੈਕਿੰਡ ਥਰਡ ਪਲੇਅਰ ਜਿਹੜਾ ਆਇਆ ਗਾ ਉਹ ਵੀ ਵਿਨਰ, ਅਤੇ ਸੈਕਿੰਡ ਪਲੇਅਰ ਸੀ ਜਿਹੜਾ ਉਹ ਆ ਬੈਠਾ, ਜਿਹਨੇ ਕਦੋਂ ਦੀ ਲਾਈ ਸੀ ਮੈਂ ਇਹਨਾਂ ਲੂਡੋ ਖੇਡ ਲਓ, ਮੈਂ ਇਹਨਾਂ ਲੂਡੋ ਖੇਡ ਲਓ, ਹੋ ਗਿਆ ਲੂਜ਼ਰ। ਇਹ ਸਾਡੇ ਬਠਿੰਡੇ ਦਾ ਰਜਿੰਦਰਾ ਕਾਲਜ, ਸਰਕਾਰੀ ਰਜਿੰਦਰਾ ਕਾਲਜ, ਅੰਦਰੋਂ ਕਰੋ ਚੈੱਕ। ਅੰਦਰ ਹੋ ਗਿਆ ਖਤਮ, ਬਸ ਰਿਜ਼ਲਟ ਦੇਣ ਲੱਗੇ ਆਪਾਂ। ਮੈਂ ਕਿਹਾ ਦੋ ਮਿੰਟ ਬਾਹਰ ਹਵਾ ਲੈ ਲਈਏ। ਇੱਧਰ ਸੰਗ ਆ ਗਈ ਹਾਰ ਕੇ, ਪਹਿਲਾਂ ਗੁਨੂੰ ਹਾਰੀ ਸੀ ਤੂੰ ਸੈਕਿੰਡ ਆ ਗਿਆ ਸੀਗਾ, ਹੁਣ ਗੁਨੂੰ ਸੈਕਿੰਡ ਆ ਗਈ ਤੂੰ ਹਾਰ ਗਿਆ। ਫਿਰ ਕਿਆ ਹੋਆ ਨੰਗੂ, ਢਿੱਡ ਦੀ ਮੋਰੀ ਦਿਖੀ ਜਾਂਦੀ ਹੈ ਤੇਰੀ ਨੰਗੂ। ਅੱਗੇ ਜੋ ਕਹਿ ਸਾਥੀ, ਜਿਹਨੇ ਮੇਰੇ ਭਰਾ ਖੜੇ ਆ ਆਪਾਂ ਵੀ ਸਾਰੇ ਇੱਧਰ ਆ ਜੀ। ਹਾਂਜੀ, ਔਰ ਅੱਜ ਜਿੰਨੇ ਮੇਰੇ ਭਰਾ 6 ਫੁੱਟ ਵਾਲੇ ਸਾਰੇ ਇੱਧਰ ਆ ਜਾਓ, ਪੰਜ ਤੋਂ ਲੈ ਕੇ 5-9 ਤੱਕ ਸਾਰੇ ਅੱਗੇ ਆ ਜਾਓ, ਹਾਂਜੀ ਅੱਗੇ ਆ ਜਾਓ, ਅੱਗੇ ਆ ਜਾਓ। ਜਗਤਾਰ ਸਾਹਿਬ ਜੀ ਸਾਡੇ, ਔਰ ਜਿਹਨਾਂ ਨੇ ਬਹੁਤ ਸੋਹਣੀ ਅੱਜ ਜੱਜਮੈਂਟ ਦਿੱਤੀ ਹੈ, ਇੱਕ ਵਾਰ ਖੁੱਲ੍ਹ ਕੇ ਤਾੜੀਆਂ ਮਾਰ ਦਿੰਦਾ ਵਾਸਤੇ ਵੀ ਸਾਰੇ। ਬੜਾ ਔਖਾ ਕੰਮ ਹੁੰਦਾ ਹੈ ਕਿਸੇ ਨੂੰ ਜੱਜ ਕਰਨਾ, ਮੈਂ ਵਾਰੀ ਵਾਰੀ ਸਮਝ ਤੋਂ ਬੋਲਿਆ ਵੀ ਇਹ ਇੱਕ ਬੜੀ ਵੱਡੀ ਜੋਬ ਹੁੰਦੀ ਹੈ, ਬੜਾ ਇਹਨਾਂ ਦਾ ਪ੍ਰੈਕਟੀਕਲ ਹੈ ਇਸ ਲਾਈਨ ਦੇ ਵਿੱਚ। ਸੋ ਦੇ ਨਾਲ ਨੈਕਸਟ ਹਰਪ੍ਰੀਤ ਸਰ, ਬਸ ਸਹੀ ਹੈ, ਫਲੈਸ਼ ਬੰਦ ਆ ਗਿਆ, ਹਾਂਜੀ ਘਰੇ ਪਹੁੰਚ ਗਿਆ ਆਪਾਂ, ਹੁਣ ਜਲਦੀ ਆ, 6:49 ਹੋ ਗਏ, ਚੱਲ ਚੱਲ ਜਲਦੀ ਕਰ, 6:49 ਹੋ ਗਏ, ਹੁਣ ਘਰੇ ਆਏ ਆ। ਤੇ ਹੁਣ ਮੈਡਮ ਕਹਿੰਦੇ ਬਾਜ਼ਾਰ ਜਾ ਕੇ ਆਉਣਾ ਕੰਮ, ਹੁਣ ਬਾਜ਼ਾਰ ਜਾ ਕੇ ਆਉਂਦੇ ਹਾਂ। ਸਾਈਡ ਤੇ ਲਾ ਦੇ ਉਹ ਕੁਰਸੀ ਨਾਲ ਅੱਗੇ ਕਰਕੇ ਲਾ ਦੇ। ਲਓ ਜੀ ਬਾਜ਼ਾਰ ਆਪਾਂ ਜਾਏ ਸੀਗੇ, ਮੈਡਮ ਕਹਿੰਦੇ ਭੁੱਖ ਲੱਗੀ ਹੈ, ਉਸ ਤੋਂ ਬਾਅਦ ਖਾਧਾ ਬ੍ਰੈਡ ਖਾਧਿਆ ਸ਼ਾਇਦ ਇਹਨਾਂ ਨੇ, ਮੈਂ ਕੁਛ ਨਹੀਂ ਖਾਧਾ ਸੀਗਾ, ਅਤੇ ਨਵੀਂ ਰੇਹੜੀ ਲੱਗੀ ਆਪਾਂ ਨੂੰ, ਨਵੀਂ ਰੇਹੜੀ ਮਿਲੀ ਆਪਾਂ ਨੂੰ ਫੇਸ 3 'ਚ ਖੜੀ, ਕਿੱਡੀ ਸੋਹਣੀ ਬਣਾਈ ਆ ਬਾਈ ਉਹਨਾਂ ਨੇ, ਗੋਲ ਗੱਪੇ ਖਵਾਉਂਦੇ ਆ, ਟਿੱਕੀ ਹੈ,
ਦਹੀਂ ਗੋਲ ਗੱਪੇ ਹੋ ਗਏ, ਬੜੀ ਸੋਹਣੀ ਰੇਹੜੀ ਬਣਾਈ ਹੈ, ਰੇਹੜੀ ਬਹੁਤ ਸੋਹਣੀ ਕਰਾਈ ਹੈ, ਟਿੱਕੀਆਂ ਵੀ ਦਿਲ ਵਾਲੀਆਂ। ਰੇਹੜੀ ਦੇਖ ਕੇ ਰੁਕ ਗਏ ਅਸੀਂ, ਟਰਾਈ ਕਰਦੇ ਹਾਂ, ਟੇਸਟ ਵੀ ਪਤਾ ਲੱਗੂ ਨਾਲੇ ਟੇਸਟ ਕਿਹੋ ਜਿਹਾ। ਖਾ ਗਿਆ ਅੱਜ ਟਿੱਕ ਪਿਆ ਛਕੋ, ਪਹਿਲ ਕਿਵੇਂ ਲੱਗਿਆ? ਟੇਸਟੀ ਹੈ, ਸਵਾਦ ਹੈ, ਕਿੰਨਾ ਟਾਈਮ ਹੋਇਆ ਭਾਈ ਖੜਾ ਨੂੰ? ਤਾਂ ਹੀ ਕਹੀਏ ਹਾਂ, ਬਾਈਆਂ ਨੇ ਸਾਰਾ ਸਿਸਟਮ ਅੱਡ ਅੱਡ ਰੱਖਿਆ, ਆਲੂ ਚੱਟ ਚਟਨੀ ਅੱਡ, ਬਾਈ ਦਾ ਸਟਾਈਲ ਦੇਖੋ ਨਵਾਂ ਟਿੱਕੀ ਬਣਾਉਣ ਦਾ, ਇਸ ਟਾਈਪ ਦਾ ਫਸਟ ਟਾਈਮ ਖਾਵਾਂਗੇ ਆਹ ਦੇਖੋ। ਹੋਰ ਸੀ ਉਹ ਜਿਹੜੀ ਤੁਸੀਂ ਦੇਖੀ, ਪਹਿਲੇ ਦੇਖੀ ਸੀ ਪੱਲੇ, ਇੱਕ ਸਭ ਟਿੱਕੀ ਤਿਆਰ ਕਰਦੇ ਰੈਡੀ ਕਰਦੇ। ਲਓ ਜੀ ਹੁਣ ਟਿੱਕੀਆਂ ਪੈਕ ਹੋ ਰਹੀਆਂ ਆਪਣੀਆਂ, ਪੇਸਟਰੀ ਦੀ ਮਾਰਕੀਟ 'ਚ ਖੜ੍ਹੇ ਹਾਂ ਆਪਾਂ। ਕੱਲ੍ਹ ਨੂੰ ਮੈਡਮ ਕਹਿੰਦੇ ਘੁੰਮਣ ਜਾਣਾ, ਘੁੰਮਾ ਕੇ ਲੈ ਕੇ ਆਓ ਮੈਨੂੰ ਕਿਤੇ, ਕੱਲ੍ਹ ਨੂੰ ਉੱਧਰ ਲੈ ਕੇ ਜਾਵਾਂਗੇ ਮੈਡਮ ਨੂੰ, ਹੁਣ ਛੁੱਟੀਆਂ ਹੈਗੀਆਂ ਨਾ ਜਵਾਕਾਂ ਨੂੰ, ਨਾਲੇ ਮੰਮੀ ਡੈਡੀ ਨੂੰ ਲਿਆਵਾਂਗੇ ਆਉਂਦੇ ਹੋਏ ਘਰ। ਬਠਿੰਡੇ ਪੇਸਟਰੀ 'ਚ ਨਵੀਂ ਰੇਹੜੀ ਆ ਗਈ ਭਾਈ, ਪੈਦਾ ਕੁਛ ਨਾ ਫਾਸਟ ਫੂਡ ਕਾਰਨਰ, ਲਓ ਗਾਈਸ ਆਪਾਂ ਘਰ ਆ ਗਏ। ਉਹ ਕਿੱਥੇ ਰੱਖਤਾ ਡੱਬਾ? ਫਰਿੱਜ 'ਚ ਬਾਹਰ ਰੱਖਤਾ। ਘਰ ਆ ਗਏ, ਟਿੱਕੀਆਂ ਛੁੱਕੀਆਂ ਲੈ ਕੇ, ਗੋਲਗੱਪੇ ਖਾ ਕੇ, ਗੁੰਨੂ ਉੱਥੇ ਗਈ ਹੋਈ ਹੈ ਮੰਦਰ, ਅੱਜ ਫਿਰ ਸੀਮਾ ਆਂਟੀ ਨਾਲ, ਜਦੋਂ ਆਊਗੀ ਉਦੋਂ ਦੇਖਿਓ ਰੌਲਾ ਪਾਉਣ, ਅੱਜ ਦੇਖਦੇ ਹਾਂ ਕੀ ਲੈ ਕੇ ਆਉਂਦੀ ਹੈ ਮੰਦਰ 'ਚ, ਆਉਣ ਵਾਲੀ ਹੋਣੀ ਹੈ। ਕਿੰਨੀਆਂ ਪੂੜੀਆਂ ਖਾ ਕੇ ਆਈਆਂ? ਦੋ, ਜਿਹੜੀਆਂ ਦੋ ਦਿੰਦੇ ਹੁੰਦੇ ਆ ਉਹ ਹੀ ਖਾਧੇ, ਢਿੱਡ ਭਰ ਗਿਆ, ਦੋ ਟੌਫੀਆਂ ਦਿੱਤੀਆਂ ਅੱਜ ਗੁੰਨੂ ਨੂੰ, ਮਿਲੀ ਆ ਫਰੂਟੀ, ਇੱਕ ਬਿਸਕਿਟ, ਜਿੰਨੇ ਦਿਨ ਗਣਪਤੀ ਜੀ ਘਰੇ ਉਹਨੇ ਦਿਨ ਚ ਖਾ ਲਓ ਸਮੋਸਾ, ਕੋਲੀ ਚ ਰੱਖ ਦੇ ਕਰੀ, 4 ਵਜੇ ਤੁਸੀਂ ਇੱਥੇ ਆ ਜਿਓ, ਕੱਲ ਤੁਹਾਨੂੰ ਸਮੋਸੇ ਤੇ ਚਾਹ ਮਿਲੂਗੀ ਨਾਲ, ਤੇ ਆਪਾਂ ਜਾਵਾਂਗੇ, ਕੱਲ ਤਾਂ ਆਪਾਂ ਹੋਣਾ ਨਹੀਂ, ਕੱਲੂ ਵਿਸਰਜਨ ਕਰਨਾ, ਲੈ ਕੱਲੂ ਵਿਸਰਜਨ ਕਰਨਾ ਆਪਾਂ, ਹੋਣਾ ਹੀ ਨਹੀਂ, ਓ ਮਾਈ ਗੋਡ, ਸ਼ਾਮ ਨੂੰ 4:30 ਆਪਾਂ ਤਾਂ ਹੋਣਾ ਹੀ ਨਹੀਂ, ਫਾਉਲ ਹੋ ਗਿਆ, ਕੱਲੂ ਲੱਗ ਸਕਿਆ ਫਾਉਲ, ਨਵੀਂ ਵਾਲਾ ਖੜਦਾ ਆਪਣੇ ਫੇਸਤਰੀ ਚ, ਨਵੀਂ ਰੇਹੜੀ ਆਈ ਹੈ, ਪਾਪੜ ਸੀਗਾ ਆਉਂਦੀ ਆਉਂਦੀ ਨੇ ਮੈਂ ਖਾ ਲਿਆ, ਮੈਂ ਕਿਹਾ ਕੁੜੀ ਆਈ ਨਹੀਂ, ਮੈਂ ਫੋਨ ਕਰਕੇ ਪੁੱਛਾਂ, ਹੁਣ ਬਸ ਆਈ ਜਾਂਦੇ ਸੀ, ਉਹਨਾਂ ਦੀ ਗੱਡੀ ਵਿੱਚ ਫਸ ਗਈ, ਪਤਾ ਕੀ ਹੋਇਆ ਉੱਥੇ ਸਾਰੇ ਕਿ ਟੇਸਟੀ ਲੱਗੀ, ਕਿਵੇਂ ਦੀ ਹੈ ਟਿੱਕੀ ਤੈਨੂੰ ਟੇਸਟੀ ਲੱਗੀ? ਖਾਧੀ ਨਹੀਂ,
ਦੋਨੋਂ ਤੈਨੂੰ ਕਿਵੇਂ ਲੱਗੀ? ਘੈਂਟ ਆ ਗਾਈਸ, ਤੁਸੀਂ ਵੀ ਖਾ ਸਕਦੇ ਹੋ ਸਾਰੇ ਜਾਣੇ ਟਿੱਕੀ ਸਾਡੀ ਫੇਸ 3 ਚ ਆ ਕੇ। ਜਬਰਦਸਤ ਜਬਰਦਸਤ ਲਾਜਵਾਬ। ਗਾਇਸ ਵਾਲੀ ਸਵਾਲ ਟਿੱਕੀ ਹੈ ਇਹਦੇ ਵਿੱਚ ਦਿਲ ਵਾਲੀ ਟਿੱਕੀ ਸੀਗੀ ਸਾਰੇ ਨੰਬਰ 1 ਨੰਬਰ 1 ਟਿੱਕੀ ਦੇ ਨਾਲ ਹੀ ਅਸੀਂ ਆਪਾਂ ਅੱਜ ਦੇ ਵਲੌਗ ਦਾ ਕਰਦੇ ਐਂਡ। ਗੋਲ ਗੱਪੇ ਵੀ ਨੰਬਰ 1 ਤੇ ਖਾ ਕੇ ਆਪਾਂ ਜਲਦੀ ਜਲਦੀ ਵਲੌਗ ਡਟ ਕਰੀਏ ਸੋਈਏ ਤੇ ਕੱਲ ਫੇਰ ਆਪਾਂ ਜਾਣਾ ਬਾਹਰ ਤੇ ਕੱਲ ਕੱਲ ਦੱਸਾਂਗੇ ਕਿੱਥੇ ਚੱਲੇ ਹਨਾ ਵੀ। ਹੁਣ ਅਸੀਂ ਜਲਦੀ ਜਲਦੀ ਫ੍ਰੀ ਹੋ ਜਾਈਏ। ਓਕੇ ਜੀ ਬਾਏ, ਗੁੱਡ ਨਾਈਟ, ਟੇਕ ਕੇਅਰ, ਸਵੀਟ ਡ੍ਰੀਮ, ਬਾਏ ਬਾਏ, ਗੁੱਡ ਨਾਈਟ ਸਾਰਿਆਂ ਨੂੰ, ਬਾਏ ਬਾਏ, ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਬਾਏ 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 ਬਾਏ।